ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਪੰਜਾਬ ਦੇ ਵਿੱਚ ਵਸਦੇ ਵੀਰਾਂ ਨੂੰ, ਉਹ ਸੰਘਰਸ਼ਸ਼ੀਲ ਯੋਧਿਆਂ ਨੂੰ ਜੋ ਹਜੇ ਵੀ ਸੰਘਰਸ਼ ਕਰਦੇ ਆ, ਚਾਹੇ ਗੁਪਤੀ ਕਰਦੇ ਆ ਚਾਹੇ ਸ਼ਰੇਆਮ ਕਰਦੇ ਆ। ਇੱਕ ਯੋਧਾ ਜੋ ਜਰਵਾਣਿਆਂ ਦੀ ਅੱਖ ਵਿੱਚ ਰੜਕਦਾ ਸੀ, ਵੀਰ ਦੀਪ ਸਿੱਧੂ। ਵੀਰ ਦੀ ਪਹਿਚਾਣ ਦੱਸਣ ਦੀ ਲੋੜ ਨਹੀਂ ਹੈਗੀ, ਜੋ ਹੁਣ ਸਾਡੇ ਵਿੱਚ ਨਹੀਂ ਰਿਹਾ। ਬਹੁਤ ਵੱਡਾ ਘਾਟਾ ਪੈ ਗਿਆ ਤੇ ਦੇਸ਼ ਪੰਜਾਬ ਦੇ ਵਿੱਚ ਵਸਦੇ ਨੌਜਵਾਨਾਂ ਨੂੰ ਬੇਨਤੀ ਆ, ਗੌਰ ਨਾਲ ਗੱਲਾਂ ਸੁਣਿਓ। ਇੱਕ ਦੋ ਮਿੰਟ ਬੇਨਤੀ ਕਰਨੀ ਆ, ਬਾਹਲਾ ਨਹੀਂ। ਇਹ ਜਿਹੜੀਆਂ ਏਜੰਸੀਆਂ ਹੁੰਦੀਆਂ ਨਾ, ਇਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਦੇ ਹੁੰਦੇ ਆ ਇਹੋ ਜਿਹੇ ਯੋਧੇ। ਬਾਈ ਦੀਪ ਸਿੱਧੂ ਨੇ 17 ਤਰੀਕ ਨੂੰ ਤਰਨ ਤਾਰਨ ਸਾਹਿਬ ਆਉਣਾ ਸੀਗਾ ਰੋਡ ਸ਼ੋਅ ਲਈ, ਤੇ ਸਾਨੂੰ 2-3 ਦਿਨ ਹੋ ਗਏ, 4 ਦਿਨ ਬਾਈ ਨਾਲ ਗੱਲ ਕਰਦਿਆਂ ਨੂੰ ਲਾਸਟ ਗੱਲ ਹੋਈ ਆ 3 ਦਿਨ ਪਹਿਲਾਂ। ਬਾਅਦ 'ਚ ਬਾਈ ਮੈਸੇਜ ਤਾਂ ਵੇਖ ਲੈਂਦਾ ਸੀ, ਰਿਪਲਾਈ ਨਹੀਂ ਸੀ ਕਰਦੇ। ਬਾਹਰਲੇ ਸਿੰਘਾਂ ਨੂੰ ਵੀ ਪਤਾ ਬਾਈ ਨਾਲ ਗੱਲ ਨਹੀਂ ਸੀ ਹੋ ਰਹੀ ਕਿਸੇ ਦੀ। ਪਤਾ ਨਹੀਂ ਮਨ ਕਿਉਂ ਕਹਿੰਦਾ ਵੀ ਬਾਈ ਨੂੰ ਏਜੰਸੀ ਨੇ ਕਿਸੇ ਨੇ ਚੱਕਿਆ ਹੋਊਗਾ, ਖੜਾ ਕੇ ਗੱਡੀ ਕੰਟੇਨਰ ਦੇ ਵਿੱਚ ਮਾਰੀ ਆ, ਮਨ ਕਹਿੰਦਾ ਇਹ। ਕਿਉਂਕਿ ਜੋਗਾ ਸਿੰਘ ਖਾਲਿਸਤਾਨੀ ਦੇ ਵੀ ਟਰੱਕ ਚੜਾਤਾ ਸੀ, ਉਹ ਵੀ ਸੜਕ ਹਾਦਸੇ 'ਚ ਮਾਰਤਾ ਸੀ, ਕਿਉਂਕਿ ਉਹ ਯੋਧਾ ਅੱਖਾਂ 'ਚ ਰੜਕਦਾ ਸੀ। ਬਾਈ ਦੀਪ ਸਿੱਧੂ ਨਾਲ ਵੀ ਉਹੀ ਗੱਲ ਹੋਈ, ਕਿਉਂਕਿ 2018 ਦੇ ਵਿੱਚ ਸਾਨੂੰ ਵੀ ਚੱਕਿਆ ਸੀ, ਉਹਦਾ ਮਨ ਮਿਹਰ ਪਈ ਚਲੋ ਕੋਈ ਸਾਨੂੰ ਤੋਂ ਛੁਡਾ ਲਿਆ। ਅਤੇ ਇੱਕ ਗੱਲ ਗੌਰਮੈਂਟ, ਇੱਕ ਗੱਲ ਏਜੰਸੀਆਂ ਯਾਦ ਰੱਖਣ ਵੀ ਜੇ ਇਹ ਗੱਲ ਸੱਚੀ ਹੋਈ ਨਾ, ਕਦੇ ਗੱਲ ਨਿਕਲਿਆ ਹੀ ਵੀ ਬਾਈ ਦੀਪ ਸਿੱਧੂ ਦਾ ਕਤਲ ਹੋਇਆ, ਪੈਰਵਾਈ ਫੁੱਲ ਕਰਾਂਗੇ। ਜੇ ਬਾਈ ਦੀਪ ਸਿੱਧੂ ਨਾਲ ਕੋਈ ਇਹੋ ਜਿਹੀ ਘਟਨਾ ਵਾਪਰੀ ਹੋਈ ਤਾਂ ਅਸੀਂ ਤਿਆਰ ਰਹਿ ਬੈਠੇ ਹਾਂ, ਹਿਸਾਬ ਕਿਤਾਬ ਫੁੱਲ ਕਰਾਂਗੇ, ਸਮਝ ਕੇ ਭਾਜੀ ਸਿਰ ਨਹੀਂ ਰੱਖਦੇ, ਮੋੜਾਂਗੇ ਜ਼ਰੂਰ। ਜੋ ਮਰਜ਼ੀ ਕਰਨਾ ਪਵੇ ਬਾਈ ਦੀਪ ਸਿੱਧੂ ਦੇ ਕਤਲ ਦਾ ਬਦਲਾ ਲਵਾਂਗੇ, ਭਾਵੇਂ ਸੈਂਟਰ ਤੋਂ ਲੈਣਾ ਪਵੇ ਸਾਨੂੰ। ਅਤੇ ਨੌਜਵਾਨੋ ਯਾਦ ਰੱਖਿਓ ਇਸ ਗੱਲ ਨੂੰ, ਅਤੇ ਬਾਈ ਦੀਪ ਸਿੱਧੂ ਦੀ ਜੋ ਇਹ ਘਟਨਾ ਵਾਪਰੀ ਆ ਜਾਈ ਨਾ ਜਾਵੇ, ਅਤੇ ਜਿੱਥੇ ਲੋੜ ਪਈ ਡਟਣਾ ਖੜਨਾ ਪੂਰਾ, ਸਰਕਾਰ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਦੀ ਜ਼ਰੂਰਤ ਰੱਖਣੀ ਸਿੰਘਾਂ ਨੇ। ਅਸੀਂ ਜਾ ਰਹੇ ਹਾਂ, ਪਹਿਲੋਂ ਸਾਡੇ ਨੌਜਵਾਨ ਭੈਣ ਦੀ ਪੱਤ ਲੁੱਟੀ ਸੀ, ਅਸੀਂ ਤਾਂ ਵੀ ਗਏ ਹਾਂ, ਅਤੇ ਚਾਹੇ ਦਿੱਲੀ ਦੇ ਵਿੱਚ ਕੇਸ ਦਰਜ ਆ, ਪਰ ਫਿਰ ਵੀ ਅਸੀਂ ਆਪਦੇ ਇਲੈਕਸ਼ਨ ਛੱਡਤੇ। ਸਾਨੂੰ ਇਹ ਬਾਦਸ਼ਾਹੀਆਂ, ਇਹ ਸਾਨੂੰ ਰਾਜ ਭਾਗ ਚੰਗੇ ਨਹੀਂ ਲੱਗਦੇ, ਜੇ ਸਾਡੇ ਭਰਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਣ। ਇਹ ਮਾਝੇ ਏਰੀਏ ਦੇ ਨੌਜਵਾਨ ਸਮਝਣ, ਉਹ ਪਿੱਛੋਂ ਸਾਂਭ ਲੈਣ ਸਾਂਭਣਾ ਤਾਂ, ਅਤੇ ਜੋ ਸਾਡੀ ਝੋਲੀ ਪਾਉਣਗੇ ਸਾਨੂੰ ਮਨਜ਼ੂਰ ਆ, ਪਰ ਸਾਨੂੰ ਜਾਨੋ ਵੱਧ ਪਿਆਰਾ ਸੀ ਬਾਈ ਦੀਪ ਸਿੱਧੂ, ਅਸੀਂ ਦਿੱਲੀ ਉੱਧਰ ਚਾਲੇ ਪਾਤੇ।